ਤੁਸੀਂ ਦੇਖ ਰਹੇ ਹੋ ਕਿ ਆਹ ਜਿਹੜਾ ਝੋਨਾ ਹੈ ਇਹ ਬਿਲਕੁਲ ਵਧੀਆ ਹੈ ਔਰ ਆਹ ਵੱਟ ਦੇ ਨਾਲ ਹੀ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਸਾਰੇ ਦਾ ਸਾਰਾ ਝੋਨਾ ਆਹ ਦਿਖਾਓ ਜੀ ਕੀ ਇਹਨਾਂ ਨੂੰ ਹੋ ਕੀ ਜਾਂਦਾ ਜੀ ਇਹ ਮਤਲਬ ਸਾਰੇ ਦੇ ਸਾਰੇ ਬੂਟੇ ਹੀ ਖਤਮ ਹੋ ਰਹੇ ਆ ਇਹ ਵਾਇਰਸ ਦੱਸ ਰਹੇ ਹਾਂ ਜੀ ਵੀ ਚਾਈਨਸ ਵਾਇਰਸ ਹੈ ਬਾਕੀ ਸਮਝ ਨਹੀਂ ਆ ਰਹੀ ਹਾਂਜੀ ਵੀ ਹੋਇਆ ਵੀ ਕੀ ਹੈ ਇਹ ਬੂਟੇ ਸੀਗੇ ਜਿਹੜੇ ਇਹ ਪਹਿਲਾਂ ਜਦੋਂ ਕੈਰਟ ਗਰੋਥ ਵਧੀਆ ਕਰਦੇ ਰਹੇ ਉਸ ਤੋਂ ਬਾਅਦ ਜਦੋਂ ਜਿਹੜੀ ਮੈਂ ਮਤਲਬ ਇੱਕ ਮਹੀਨੇ ਦੀ ਹੋ ਗਈ ਉਸ ਤੋਂ ਬਾਅਦ ਇਹ ਬੂਟੇ ਇੱਥੇ ਖੜ ਗਏ ਪਤਾ ਨਹੀਂ ਕਿਹੜਾ ਵਾਇਰਸ ਸੀਗਾ ਕਿਹੜਾ ਨਹੀਂ ਆਹ ਮਤਲਬ ਜ਼ਿਮੀਂਦਾਰਾਂ ਦੇ ਜਿੱਦਾਂ ਮੰਨ ਲਓ ਨਹੀਂ ਕਣਕ ਦਾ ਮੀਂਹ ਪੈਣੇ ਕਰਕੇ ਖਰਾਬ ਹੋਏ ਕਿੰਨਾ ਕਿੰਨਾ ਕੁ ਏਰੀਆ ਹੈ ਪਿੰਡ ਦੇ ਵਿੱਚ ਜੇ ਸਾਰਾ ਕਿਹੜੀ ਕਿਹੜੀ ਬੀਜ ਵਾਲੇ ਆ ਇਹ 128 ਹੈ ਜੀ 128 ਹੈ 130 ਹੈ 31 ਹੈ ਜੀ ਜਿੰਨੇ ਬੀਜ ਇਹ ਸਾਰੇ ਬੇਘਰ ਹੋ ਗਏ ਜਿਹੜੇ 25 ਤਰੀਕ ਦੇ 30 ਤੋਂ ਪਹਿਲਾਂ ਲੱਗੇ ਵੀ ਇਹ ਦੇਖੋ ਠੇਕੇ ਵਾਲੀਆਂ ਜ਼ਮੀਨਾਂ ਜੀ ਸਭ ਤੋਂ ਦੂਰ ਹੈ ਕਿਸੇ ਕੋਲ ਆਪਣੀ ਇੰਨੀ ਜ਼ਿਆਦਾ ਜ਼ਮੀਨ ਹੈਗੀ ਨਹੀਂ ਠੇਕੇ ਵਾਲੀਆਂ ਜ਼ਮੀਨਾਂ ਜੀ ਅੱਜ ਭੱਪਲ ਪਿੰਡ ਦੇ ਵਿੱਚ ਖੜੇ ਹੈ ਤੇ ਜਿਹੜਾ ਇੱਕ ਨਵਾਂ ਚੀਨੀ ਵਾਇਰਸ ਦੱਸਦੇ ਆ ਜਾਂ ਜਿਹੜਾ ਵੀ ਦੱਸਦੇ ਆ ਉਹਦੇ ਨਾਲ ਝੋਨੇ ਦਾ ਹਾਲ ਦੇਖੋ ਕੀ ਹੈਗਾ ਔਰ ਜ਼ਿਮੀਂਦਾਰ ਦੇ ਉੱਤੇ ਇਸ ਵਾਰ ਮੈਂ ਸਮਝਦਾ ਕਿ ਕਰੋਪੀ ਦਾ ਹੀ ਸਾਲ ਹੈ ਕਿਤੇ ਬਾਰਿਸ਼ਾਂ ਨਾਲ ਮਾਰ ਕਿਤੇ ਸੂਰਜਮੁਖੀ ਦੇ ਬੀਜ ਜਾਲੀ ਕਿਤੇ ਮੂੰਗੀ ਦੇ ਬੀਜ ਜਾਲੀ ਤੇ ਕਿਸੇ ਵੀ ਫਸਲ ਦਾ ਹਾਲੇ ਮੁਆਵਜ਼ਾ ਨਹੀਂ ਮਿਲ ਰਿਹਾ ਇਹ ਹੁਣ ਵੀ ਜਿਹੋ ਜਿਹੀ ਵੀ ਹੈ ਜਿਹੜੀ ਕੋਈ ਭਾਵੇਂ 2 ਕੁਇੰਟਲ ਨਿਕਲੇ 3 ਨਿਕਲੇ ਜ਼ਿਮੀਂਦਾਰ ਨੂੰ ਵੱਢਣੀ ਪੈਣੀ ਹੈ ਔਰ ਜਦੋਂ ਵੱਢੀ ਗਈ ਤੇ ਫਿਰ ਸਰਕਾਰ ਦੇ ਨੁਮਾਇੰਦਿਆਂ ਨੇ ਇਹ ਵੀ ਕਹਿ ਦੇਣਾ ਕਿ ਇਹਦੀ ਅਸੀਂ ਕੋਈ ਕਰ ਨਹੀਂ ਸਕਦੇ ਰਿਪੋਰਟ ਮੇਰੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਇਹ ਜਿਹੜਾ ਕੋਈ 28 ਬੀਜ ਹੈ ਇਹ ਜਾਂ ਹੋਰ 31-30 ਜਿਹੜੇ ਵੀ ਬੀਜਾਂ ਦੇ ਵਿੱਚ ਇਹ ਵਾਇਰਸ ਫੈਲਿਆ ਹੈ ਸਰਕਾਰ ਤੁਰੰਤ ਐਮਰਜੈਂਸੀ ਤੌਰ 'ਤੇ ਜਿਹੜੇ ਆਰਡਰ ਜਾਰੀ ਕਰਕੇ ਇਹਦੀ ਗਿਰਦਾਵਰੀ ਕਰਾਉਣ ਅਤੇ ਬਣਦਾ ਜਿਹੜਾ ਉਹ ਮੁਆਵਜ਼ਾ ਦੇਣ ਕਿਉਂਕਿ ਜ਼ਿਮੀਂਦਾਰਾਂ ਦਾ ਬਹੁਤ ਬੁਰਾ ਹਾਲ ਹੈ ਪਸ਼ੂਆਂ ਦੇ ਮਾਮਲੇ ਜ਼ਿਮੀਂਦਾਰ ਰਗੜਿਆ ਗਿਆ ਇਸੇ ਤਰ੍ਹਾਂ ਹੋਰ ਫਸਲਾਂ ਦੇ ਮਾਮਲੇ 'ਚ ਰਗੜਿਆ ਜਾ ਰਿਹਾ ਸਰਕਾਰ ਤੋਂ ਮੰਗ ਹੈ ਕਿ ਤੁਰੰਤ ਅੱਜ ਹੀ ਭਾਵੇਂ ਕੋਈ ਛੁੱਟੀ ਵਾਲਾ ਦੇਣੀ ਹੈ ਪਰ ਤੁਰੰਤ ਇਹਦੇ ਗਿਰਦਾਵਰੀ ਦੇ ਆਰਡਰ ਦੇਣ ਕਿਉਂਕਿ ਜ਼ਿਮੀਂਦਾਰ ਨੇ ਇਹ ਖੇਤ ਵਾਹ ਕੇ ਅਤੇ ਅਗਲੀ ਫਸਲ ਵੱਲ ਨੂੰ ਵਧਣਾ ਪੈਣਾ ਹੋਰ ਕੋਈ ਚਾਰਾ ਨਹੀਂ ਹੈ ਭਾਵੇਂ ਬਹੁਤ ਮਹਿੰਗੇ ਖਰਚੇ ਕਰਕੇ ਇੱਥੋਂ ਤੀਕਰ ਜ਼ਿਮੀਂਦਾਰ ਆਇਆ ਸੀ ਇਹ ਤੁਸੀਂ ਦੇਖ ਰਹੇ ਹੋ ਕਿ ਆਹ ਜਿਹੜਾ ਝੋਨਾ ਹੈ ਇਹ ਬਿਲਕੁਲ ਵਧੀਆ ਹੈ ਔਰ ਆਹ ਵੱਟ ਦੇ ਨਾਲ ਹੀ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਸਾਰੇ ਦਾ ਸਾਰਾ ਝੋਨਾ ਆਹ ਦਿਖਾਓ ਜੀ ਕੀ ਇਹਨਾਂ ਨੂੰ ਹੋ ਕੀ ਜਾਂਦਾ ਜੀ ਇਹ ਮਤਲਬ ਸਾਰੇ ਦੇ ਸਾਰੇ ਬੂਟੇ ਹੀ ਖਤਮ ਹੋ ਰਹੇ ਆ ਇਹ ਵਾਇਰਸ ਦੱਸ ਰਹੇ ਹਾਂ ਜੀ ਵੀ ਚਾਈਨਸ ਵਾਇਰਸ ਹੈ ਬਾਕੀ ਸਮਝ ਨਹੀਂ ਆ ਰਹੀ ਹਾਂਜੀ ਵੀ ਹੋਇਆ ਵੀ ਕੀ ਹੈ ਇਹ ਬੂਟੇ ਸੀਗੇ ਜਿਹੜੇ ਇਹ ਪਹਿਲਾਂ ਜਦੋਂ ਕੈਰਟ ਗਰੋਥ ਵਧੀਆ ਕਰਦੇ ਰਹੇ ਉਸ ਤੋਂ ਬਾਅਦ ਜਦੋਂ ਜਿਹੜੀ ਮੈਂ ਮਤਲਬ ਇੱਕ ਮਹੀਨੇ ਦੀ ਹੋ ਗਈ ਉਸ ਤੋਂ ਬਾਅਦ ਇਹ ਬੂਟੇ ਇੱਥੇ ਖੜ ਗਏ ਪਤਾ ਨਹੀਂ ਕਿਹੜਾ ਵਾਇਰਸ ਸੀਗਾ ਕਿਹੜਾ ਨਹੀਂ ਆਹ ਮਤਲਬ ਜ਼ਿਮੀਂਦਾਰਾਂ ਦੇ ਜਿੱਦਾਂ ਮੰਨ ਲਓ ਨਹੀਂ ਕਣਕ ਦਾ ਮੀਂਹ ਪੈਣੇ ਕਰਕੇ ਖਰਾਬ ਹੋਏ ਕਿੰਨਾ ਕਿੰਨਾ ਕੁ ਏਰੀਆ ਹੈ ਪਿੰਡ ਦੇ ਵਿੱਚ ਜੇ ਸਾਰਾ ਕਿਹੜੀ ਕਿਹੜੀ ਬੀਜ ਵਾਲੇ ਆ ਇਹ 128 ਹੈ ਜੀ 128 ਹੈ 130 ਹੈ 31 ਹੈ ਜੀ ਜਿੰਨੇ ਬੀਜ ਇਹ ਸਾਰੇ ਬੇਘਰ ਹੋ ਗਏ ਜਿਹੜੇ 25 ਤਰੀਕ ਦੇ 30 ਤੋਂ ਪਹਿਲਾਂ ਲੱਗੇ ਵੀ ਇਹ ਦੇਖੋ ਠੇਕੇ ਵਾਲੀਆਂ ਜ਼ਮੀਨਾਂ ਜੀ ਸਭ ਤੋਂ ਦੂਰ ਹੈ ਕਿਸੇ ਕੋਲ ਆਪਣੀ ਇੰਨੀ ਜ਼ਿਆਦਾ ਜ਼ਮੀਨ ਹੈਗੀ ਨਹੀਂ ਠੇਕੇ ਵਾਲੀਆਂ ਜ਼ਮੀਨਾਂ ਜੀ ਅੱਜ ਭੱਪਲ ਪਿੰਡ ਦੇ ਵਿੱਚ ਖੜੇ ਹੈ ਤੇ ਜਿਹੜਾ ਇੱਕ ਨਵਾਂ ਚੀਨੀ ਵਾਇਰਸ ਦੱਸਦੇ ਆ ਜਾਂ ਜਿਹੜਾ ਵੀ ਦੱਸਦੇ ਆ ਉਹਦੇ ਨਾਲ ਝੋਨੇ ਦਾ ਹਾਲ ਦੇਖੋ ਕੀ ਹੈਗਾ ਔਰ ਜ਼ਿਮੀਂਦਾਰ ਦੇ ਉੱਤੇ ਇਸ ਵਾਰ ਮੈਂ ਸਮਝਦਾ ਕਿ ਕਰੋਪੀ ਦਾ ਹੀ ਸਾਲ ਹੈ ਕਿਤੇ ਬਾਰਿਸ਼ਾਂ ਨਾਲ ਮਾਰ ਕਿਤੇ ਸੂਰਜਮੁਖੀ ਦੇ ਬੀਜ ਜਾਲੀ ਕਿਤੇ ਮੂੰਗੀ ਦੇ ਬੀਜ ਜਾਲੀ ਤੇ ਕਿਸੇ ਵੀ ਫਸਲ ਦਾ ਹਾਲੇ ਮੁਆਵਜ਼ਾ ਨਹੀਂ ਮਿਲ ਰਿਹਾ ਇਹ ਹੁਣ ਵੀ ਜਿਹੋ ਜਿਹੀ ਵੀ ਹੈ ਜਿਹੜੀ ਕੋਈ ਭਾਵੇਂ 2 ਕੁਇੰਟਲ ਨਿਕਲੇ 3 ਨਿਕਲੇ ਜ਼ਿਮੀਂਦਾਰ ਨੂੰ ਵੱਢਣੀ ਪੈਣੀ ਹੈ ਔਰ ਜਦੋਂ ਵੱਢੀ ਗਈ ਤੇ ਫਿਰ ਸਰਕਾਰ ਦੇ ਨੁਮਾਇੰਦਿਆਂ ਨੇ ਇਹ ਵੀ ਕਹਿ ਦੇਣਾ ਕਿ ਇਹਦੀ ਅਸੀਂ ਕੋਈ ਕਰ ਨਹੀਂ ਸਕਦੇ ਰਿਪੋਰਟ ਮੇਰੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਇਹ ਜਿਹੜਾ ਕੋਈ 28 ਬੀਜ ਹੈ ਇਹ ਜਾਂ ਹੋਰ 31-30 ਜਿਹੜੇ ਵੀ ਬੀਜਾਂ ਦੇ ਵਿੱਚ ਇਹ ਵਾਇਰਸ ਫੈਲਿਆ ਹੈ ਸਰਕਾਰ ਤੁਰੰਤ ਐਮਰਜੈਂਸੀ ਤੌਰ 'ਤੇ ਜਿਹੜੇ ਆਰਡਰ ਜਾਰੀ ਕਰਕੇ ਇਹਦੀ ਗਿਰਦਾਵਰੀ ਕਰਾਉਣ ਅਤੇ ਬਣਦਾ ਜਿਹੜਾ ਉਹ ਮੁਆਵਜ਼ਾ ਦੇਣ ਕਿਉਂਕਿ ਜ਼ਿਮੀਂਦਾਰਾਂ ਦਾ ਬਹੁਤ ਬੁਰਾ ਹਾਲ ਹੈ ਪਸ਼ੂਆਂ ਦੇ ਮਾਮਲੇ ਜ਼ਿਮੀਂਦਾਰ ਰਗੜਿਆ ਗਿਆ ਇਸੇ ਤਰ੍ਹਾਂ ਹੋਰ ਫਸਲਾਂ ਦੇ ਮਾਮਲੇ 'ਚ ਰਗੜਿਆ ਜਾ ਰਿਹਾ ਸਰਕਾਰ ਤੋਂ ਮੰਗ ਹੈ ਕਿ ਤੁਰੰਤ ਅੱਜ ਹੀ ਭਾਵੇਂ ਕੋਈ ਛੁੱਟੀ ਵਾਲਾ ਦੇਣੀ ਹੈ ਪਰ ਤੁਰੰਤ ਇਹਦੇ ਗਿਰਦਾਵਰੀ ਦੇ ਆਰਡਰ ਦੇਣ ਕਿਉਂਕਿ ਜ਼ਿਮੀਂਦਾਰ ਨੇ ਇਹ ਖੇਤ ਵਾਹ ਕੇ ਅਤੇ ਅਗਲੀ ਫਸਲ ਵੱਲ ਨੂੰ ਵਧਣਾ ਪੈਣਾ ਹੋਰ ਕੋਈ ਚਾਰਾ ਨਹੀਂ ਹੈ ਭਾਵੇਂ ਬਹੁਤ ਮਹਿੰਗੇ ਖਰਚੇ ਕਰਕੇ ਇੱਥੋਂ ਤੀਕਰ ਜ਼ਿਮੀਂਦਾਰ ਆਇਆ ਸੀ